ਜਿਹੜਾ ਆ ਆਪਣੇ ਕੰਟਰੋਲ ਚ ਕਰਨਾ ਚਾਹੁੰਦੇ ਆ। ਇਹਨਾਂ ਨੇ ਸੰਗਰੂਰ ਤੋਂ ਸ਼ੁਰੂ ਕੀਤਾ ਸੀ, ਪਟਿਆਲੀ, ਪਟਿਆਲਾ ਤੇ ਮੋਹਾਲੀ, ਤੇ ਹੌਲੀ 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 ਬਾਕੀ ਸ਼ਹਿਰਾਂ ਦੇ ਵਿੱਚ ਵੀ, ਕਿਉਂਕਿ ਇਹਨਾਂ ਨੂੰ ਲੀਡ ਕਰ ਰਹੇ ਸੀ ਪਠਾਨ ਮਾਜਰਾ, ਜਿਹਨਾਂ ਦਾ ਹੁਣ ਜ਼ਿਕਰ ਆ ਰਿਹਾ ਬਦਲਾਅ ਲੈ ਕੇ ਆਉਣਾ ਜੀ। ਤੇ ਪੰਜਾਬੀਆਂ ਨੇ ਬਦਲਾਅ ਪੂਰੇ ਸਮੇਂ ਚ ਬਹੁਤ ਜ਼ਿਆਦਾ ਦੇਖਿਆ। ਗਰੀਬ ਬੰਦਾ ਜਿਹੜਾ ਛੋਟਾ ਇੰਪਲਾਈ ਆ, ਤੁਸੀਂ ਉਹਨੂੰ ਕੁੱਟਮਾਰ ਕਰਦੇ, ਉਹਨਾਂ ਦੇ ਪਰਚੇ ਦਰਜ ਕਰਾਉਂਦੇ ਆ, ਤੇ ਤਾਂ ਕਿ ਕਿਹੋ ਜਿਹੀ ਦਹਿਸ਼ਤ ਪੈਦਾ ਹੋਵੇ ਤੇ ਉਹ ਜਿਹੜਾ ਆਪਣਾ ਕੰਮ ਕਾਰ ਛੱਡ ਕੇ ਚਲੇ ਜਾਣ, ਉਹ ਬੇਚਾਰੇ ਰੋਜ਼ੀ ਰੋਟੀ ਤੋਂ ਆਵਾਜ਼ਾਰ ਹੋ ਜਾਣਗੇ, ਉਹਦਾ ਨੁਕਸਾਨ ਜਿਹੜਾ ਉਹ ਪਰਿਵਾਰਾਂ ਦਾ ਹੋਊਗਾ, ਕਿਉਂਕਿ ਉਹ ਤੋਂ ਬਹੁਤ ਵੱਡੇ ਬੰਦੇ ਹੁੰਦੇ, ਉਹਦਾ ਬੇਚਾਰੇ ਕੰਮ ਕਰਨ ਵਾਲੇ ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਇਸ ਵੇਲੇ ਦੀ ਵੱਡੀ ਖਬਰ ਕਿ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਅਤੇ ਪਟਿਆਲੇ ਏਰੀਏ ਦੇ ਵਿੱਚ ਫਾਸਟਵੇ ਕੇਬਲ ਆਪਰੇਟਰਾਂ ਨੂੰ ਕੁੱਟਿਆ ਜਾ ਰਿਹਾ ਹੈ, ਗੁੰਡਾਗਰਦੀ ਦੇ ਨਾਲ ਤਾਰਾਂ ਕੱਟੀਆਂ ਜਾ ਰਹੀਆਂ ਨੇ, ਅਤੇ ਵੱਡੀ ਖਬਰ ਉਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਉਸ ਦਾ ਜਿਹੜੀ ਕੰਪਨੀ ਦੇ ਵੱਲੋਂ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੈ, ਉਸ ਕੰਪਨੀ ਦੇ ਡਾਇਰੈਕਟਰ ਹਰਮੀਤ ਸਿੰਘ ਪਠਾਨ ਮਾਜਰਾ ਨੇ, ਅਤੇ ਪਠਾਨ ਮਾਜਰਾ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ MLA ਨੇ, ਜਿਨ੍ਹਾਂ ਦੀ ਮਲਕੀਅਤ ਇਸ ਕੰਪਨੀ ਦੇ ਵਿੱਚ ਹੈ, ਅਤੇ ਉਹ ਸਭ ਇਹ ਧੱਕਾ ਕਰਵਾ ਰਹੇ ਨੇ। ਇਸ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਵਿਧਾਇਕ ਪ੍ਰਗਟ ਸਿੰਘ ਮੌਜੂਦ ਨੇ। ਪ੍ਰਗਟ ਜੀ, ਸਭ ਤੋਂ ਪਹਿਲਾਂ ਤਾਂ ਧੰਨਵਾਦ ਸਮਾਂ ਦੇਣ ਲਈ। ਥੈਂਕ ਯੂ, ਸਤਿ ਸ਼੍ਰੀ ਅਕਾਲ। ਪਿਛਲੇ ਲੰਬੇ ਦਿਨਾਂ ਤੋਂ ਕਾਫੀ ਘਟਨਾਵਾਂ ਜਿਹੜੀਆਂ ਨੇ ਪਟਿਆਲੇ, ਮੋਹਾਲੀ ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਨਿਕਲ ਕੇ ਆ ਰਹੀਆਂ ਸੀ ਕਿ ਕੇਬਲਾਂ ਨੂੰ ਕੱਟਿਆ ਜਾ ਰਿਹਾ, ਧੱਕੇ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ, ਅਤੇ ਜਿਹੜੀ ਕੰਪਨੀ ਦੇ ਵੱਲੋਂ ਇਹ ਸਭ ਕੁਝ ਕਰਵਾਇਆ ਜਾ ਰਿਹਾ ਉਸ ਦੇ ਡਾਇਰੈਕਟਰ ਹਰਮੀਤ ਸਿੰਘ ਪਠਾਨ ਮਾਜਰਾ ਨਿਕਲੇ ਨੇ। ਪ੍ਰਗਟ ਜੀ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਬਦਲਾਅ ਦੀ ਗੱਲ ਕਰਦੀ ਸੀ, ਅੱਜ ਉਹ ਧੱਕੇਸ਼ਾਹੀ ਦੇ ਉੱਤੇ ਉਤਰੀ ਹੋਈ ਹੈ? ਬਦਲਾਅ ਤਾਂ ਕਹਿਣ ਨੂੰ ਆ ਮਨਦੀਪ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਉਹ ਕਹਿੰਦੇ ਆ ਇਹਦੇ ਉਲਟ ਸਮਝੋ ਜੀ, ਕਿਉਂਕਿ ਇਹ ਹੁਣ ਸਭ ਤੋਂ ਪਹਿਲਾਂ ਤਾਂ ਇਹ ਮਤਲਬ ਹੋਰ ਵੀ ਇਹਨਾਂ ਨੇ ਚੰਦ ਤਾਂ ਕਾਫੀ ਚਾੜ ਦਿੱਤੇ ਪੌਣੇ ਇੱਕ ਦੋ ਸਾਲਾਂ ਚ, ਪਰ ਹੁਣ ਲੇਟਲੀ ਇਹ ਜਿਹੜਾ ਕੇਬਲ ਬਿਜ਼ਨਸ ਹੈ ਉਹਨੂੰ ਇਹ ਜਿਹੜਾ ਆ ਆਪਣੇ ਕੰਟਰੋਲ ਚ ਕਰਨਾ ਚਾਹੁੰਦੇ ਆ। ਇਹਨਾਂ ਨੇ ਸੰਗਰੂਰ ਤੋਂ ਸ਼ੁਰੂ ਕੀਤਾ ਸੀ, ਪਟਿਆਲੀ, ਪਟਿਆਲਾ ਤੇ ਮੋਹਾਲੀ, ਤੇ ਹੌਲੀ 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 ਬਾਕੀ ਸ਼ਹਿਰਾਂ ਦੇ ਵਿੱਚ ਵੀ, ਕਿਉਂਕਿ ਇਹਨਾਂ ਨੂੰ ਲੀਡ ਕਰ ਰਹੇ ਸੀ ਪਠਾਨ ਮਾਜਰਾ, ਜਿਹਨਾਂ ਦਾ ਹੁਣ ਜ਼ਿਕਰ ਆ ਰਿਹਾ। ਪਰ ਪਹਿਲਾਂ ਵੀ ਸੰਗਰੂਰ ਦੇ ਵਿੱਚ ਵੀ ਜਦੋਂ ਹੋਇਆ ਬੈਕਗਰਾਉਂਡ ਤੇ ਇਹੀ ਆ, ਤਾਂ ਕਿ ਇਹ ਉਦੋਂ ਹੋਰ ਮਾੜੀ ਗੱਲ ਕੀ ਹੋ ਸਕਦੀ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਬਦਲਾਅ ਲੈ ਕੇ ਆਉਣਾ ਜੀ, ਤੇ ਪੰਜਾਬੀਆਂ ਨੇ ਬਦਲਾਅ ਪੂਰੇ ਸਮੇਂ ਚ ਬਹੁਤ ਜ਼ਿਆਦਾ ਦੇਖਿਆ। ਅੱਛਾ, ਪਹਿਲਾਂ ਇਹ ਚੀਜ਼ ਸਮਝ ਆਈ ਸੀਗੀ ਕਿ ਇਹ ਪਿੱਛੇ ਕਰਵਾ ਰਹੇ ਨੇ, ਕੁਝ ਹੋਰ ਤਾਕਤਾਂ ਇਸ ਦੇ ਪਿੱਛੇ ਕੰਮ ਕਰ ਸਕਦੀਆਂ ਨੇ ਪਠਾਨ ਮਾਜਰਾ ਦੇ ਪਿੱਛੇ, ਪਰ ਨਵੀਂ ਕੰਪਨੀ ਰਜਿਸਟਰਡ ਕਰਵਾਈ ਹੈ, ਉਸ ਦੇ ਵਿੱਚ GST ਨੰਬਰ ਇਹਨਾਂ ਦੇ ਵੱਲੋਂ ਦਿੱਤਾ ਗਿਆ, ਮਲਕੀਅਤ ਇਹਨਾਂ ਦੀ ਹੈ, ਡਾਇਰੈਕਟਰ ਇਹ ਆਪ ਨੇ, ਤਾਂ ਤੁਹਾਨੂੰ ਕੀ ਲੱਗਦਾ ਕਿ 20,000 ਕੇਬਲਾਂ, 20,000 ਕਨੈਕਸ਼ਨ ਜਿਹੜੇ ਨੇ ਉਹਨਾਂ ਦੇ ਉੱਪਰ ਇਹਨਾਂ ਨੇ ਕਬਜ਼ਾ ਕਰ ਲਿਆ, ਅਤੇ ਇਹ ਮੰਸ਼ਾ ਇਹਨਾਂ ਦੀ ਕੀ ਲੱਗਦੀ ਹੈ? ਮੰਸ਼ਾ ਤਾਂ ਬੜੀ ਕਲੀਅਰ ਹੈ ਇਹਨਾਂ ਦੀ, ਜਿਹੜੀ ਪੋਲੀਟੀਕਲ ਮੰਸ਼ਾ ਤਾਂ ਇਹ ਆ ਵੀ ਪੰਜਾਬ ਦੇ ਜਿਹੜਾ ਕੇਬਲ ਸਿਸਟਮ ਆ ਉਹਨੂੰ ਕੰਟਰੋਲ ਕਰਕੇ, ਕਿਉਂਕਿ ਅਲਟੀਮੇਟਲੀ ਅੱਛਾ ਇਹਦੇ ਵਿੱਚ ਇਹ ਵੀ ਇੱਕ ਗੱਲ ਹੈ ਕਿ ਤਾਰਾਂ ਕੱਟਣੀਆਂ ਜਾਂ ਫਿਰ ਧੱਕੇਸ਼ਾਹੀ ਕਰਨੀ ਇਹ ਤਾਂ ਚਲੋ ਹੈ ਹੀ ਗਲਤ ਗੱਲ ਹੈ, ਪਰ ਜਿਹੜੇ ਵਿਚਾਰੇ 10,000 ਤੇ 15,000 ਤੇ ਕੰਮ ਕਰਦੇ ਨੇ ਮੁਲਾਜ਼ਮ, ਉਹਨਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਆ?
ਨਹੀਂ ਉਹ ਤਾਂ ਸਭ ਤੋਂ ਹੀ ਮਾੜੀ ਗੱਲ ਹੈ ਨਾ, ਤੁਸੀਂ ਚਲੋ ਕਿਉਂਕਿ ਬਾਕੀ ਜੋ ਕਰਦੇ ਆ ਸਮਝ ਆਉਂਦੀ ਹੈਗੀ ਆ, ਬਟ ਐਟ ਦਾ ਸੇਮ ਟਾਈਮ ਜਿਹੜਾ ਗਰੀਬ ਬੰਦਾ ਜਿਹੜਾ ਛੋਟਾ ਇੰਪਲੋਈ ਆ ਤੁਸੀਂ ਉਹਨੂੰ ਕੁੱਟਮਾਰ ਕਰਦੇ, ਉਹਨਾਂ ਦੇ ਪਰਚੇ ਦਰਜ ਕਰਾਉਂਦੇ ਆ ਤੇ ਤਾਂ ਕਿ ਕਿਹੋ ਜਿਹੀ ਦਹਿਸ਼ਤ ਪੈਦਾ ਹੋਵੇ ਤੇ ਉਹ ਜਿਹੜਾ ਆਪਣਾ ਕੰਮ ਕਾਰ ਛੱਡ ਕੇ ਚਲੇ ਜਾਣ, ਉਹ ਬੇਚਾਰੇ ਰੋਜ਼ੀ ਰੋਟੀ ਤੋਂ ਆਵਾਜ਼ਾਰ ਹੋ ਜਾਣਗੇ, ਉਹਦਾ ਨੁਕਸਾਨ ਜਿਹੜਾ ਉਹ ਪਰਿਵਾਰਾਂ ਦਾ ਹੋਊਗਾ, ਕਿਉਂਕਿ ਉਹ ਤੋਂ ਬਹੁਤ ਵੱਡੇ ਬੰਦੇ ਨੇ, ਉਹ ਤਾਂ ਬੇਚਾਰੇ ਛੋਟੇ ਛੋਟੇ ਕੰਮ ਕਰਨ ਵਾਲੇ ਜਿਹੜਾ ਆਪਣਾ ਰੋਜ਼ੀ ਰੋਟੀ ਕਮਾਉਣ ਵਾਲੇ ਬੰਦੇ ਜੀ। ਧੱਕੇ ਦੇ ਨਾਲ 20,000 ਕਨੈਕਸ਼ਨ ਜਿਹੜੇ ਨੇ ਉਹ ਇਹਨਾਂ ਨੇ ਉਹਨਾਂ ਦੇ ਉੱਪਰ ਕਬਜ਼ਾ ਕਰ ਲਿਆ, ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ, ਗੁੰਡਾਗਰਦੀ ਦੀਆਂ ਸ਼ਰੇਆਮ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਤੁਹਾਨੂੰ ਲੱਗਦਾ ਕਿ ਸੀਐਮ ਸਾਹਿਬ ਕੋਈ ਐਕਸ਼ਨ ਲੈਣਗੇ? ਕਿਉਂਕਿ ਸਟਾਰਟਿੰਗ ਵੇਲੇ ਤਾਂ ਯਾਦ ਹੋਊਗਾ ਤੁਹਾਨੂੰ ਮਾਨਸਾ ਦੇ ਜਿਹੜੇ ਵਿਧਾਇਕ ਨੇ ਮੰਤਰੀ ਬਣੇ ਸੀਗੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ, ਉਸ ਤੋਂ ਬਾਅਦ ਹੋਰ ਵੀ ਨਾਮ ਆਏ, ਤਾਂ ਪਠਾਨ ਮਾਜਰਾ ਸ਼ਰੇਆਮ ਧੱਕਾ ਕਰ ਰਹੇ ਨੇ ਉਹਨਾਂ ਦੇ ਉੱਪਰ, ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਕੋਈ ਕਾਰਵਾਈ ਕਰ ਰਹੇ? ਔਰ ਨਾ ਮੈਨੂੰ ਇਹਨਾਂ ਤੋਂ ਆਸ ਹੀ ਹੈ, ਅਸਲੀ ਗੱਲ ਹੈ ਉਹ ਵੀ ਨਾ ਇੱਕ ਜਿਹੜਾ ਉਹ ਮਿਨਿਸਟਰਸ ਦੀ ਗੱਲ ਸੀ ਜਾਂ ਕੁਛ ਗੱਲ ਸੀ, ਉਹ ਵੀ ਇੱਕ ਪੋਲੀਟੀਕਲ ਗਿਮਿਕ ਸੀਗਾ ਜੀ। ਆਪਾਂ ਕਹੀਏ ਨਾ ਵੀ ਕਿਸੇ ਤੇ, ਕਿਉਂਕਿ ਉਹ ਬੰਦੇ ਜਿਹਨਾਂ ਤੇ ਮਾਨ ਸਾਹਿਬ ਵੀ ਕਹਿੰਦੇ ਸੀ ਵੀ ਮੇਰੇ ਕੋਲ ਤਾਂ ਸਬੂਤ ਵੀ ਹੈਗੇ ਆ, ਤੇ ਫਿਰ ਉਹ ਅਲਟੀਮੇਟਲੀ ਸਬੂਤ ਗਏ ਕਿੱਥੇ ਜੀ? ਉਹ ਤਾਂ ਫਿਰ ਇਹਨਾਂ ਦੇ, ਕਿਉਂਕਿ ਉਹ ਤਾਂ ਇਹਨਾਂ ਨੇ ਇੱਕ ਉਸ ਸਮੇਂ ਕਿਉਂਕਿ ਸੰਗਰੂਰ ਦੀ ਇਲੈਕਸ਼ਨ ਸੀ ਤੇ ਕਿਉਂਕਿ ਇਹ ਜਿਹੜੀ ਇਹ ਪਾਰਟੀਆਂ ਏਦਾਂ ਦੀਆਂ ਖੇਡਾਂ ਖੇਡਦੀਆਂ, ਉਹ ਤਾਂ ਇਹਨਾਂ ਦੇ ਪੱਲੇ ਲੰਮਾ ਚੌੜਾ ਕੁਛ ਹੈ। ਸਭ ਤੋਂ ਵੱਡੀ ਗੱਲ ਇਹੀ ਆਉਂਦੀ ਪ੍ਰਗਟ ਜੀ, ਜਿਵੇਂ ਆਪਾਂ ਕਰਕੇ ਵੀ ਹਟੇ ਹਾਂ ਵੀ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਵੀ ਅਸੀਂ ਰੁਜ਼ਗਾਰ ਦੇ ਰਹੇ ਹਾਂ, ਪਰ ਜਿਹੜਾ ਜਿਨ੍ਹਾਂ ਨੂੰ ਰੁਜ਼ਗਾਰ ਪਹਿਲਾਂ ਹੀ ਮਿਲਿਆ ਉਹਨਾਂ ਨੂੰ ਡਰਾ ਧਮਕਾ ਕੇ ਰੁਜ਼ਗਾਰ ਖੋਇਆ ਜਾ ਰਿਹਾ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਸੁਧਰ ਸਕਦੇ ਨੇ ਜਿਸ ਤਰੀਕੇ ਨਾਲ ਸ਼ਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਆ ਰਹੀਆਂ ਨੇ? ਮੈਨੂੰ ਇਹਨਾਂ ਤੋਂ ਤਾਂ ਸੱਚੀ ਗੱਲ ਹੈ ਕੋਈ ਯਾਦ ਨਹੀਂ ਹੈ, ਮੈਂ ਤਾਂ ਹੁਣ ਕਈ ਵਾਰੀ ਕਹਿਣਾ ਕੁਹਣਾ ਵੀ ਘੱਟ ਕਰ ਗਿਆ, ਕਿਉਂਕਿ ਜਿੱਥੇ ਆਸ ਹੁੰਦੀ ਹੈ ਨਾ ਬੰਦਾ ਉਹਨੂੰ ਕ੍ਰਿਟੀਸਾਈਜ਼ ਕਰਦਾ ਜੇ ਪੋਲੀਟੀਕਲ ਐਂਗਲ ਵੀ ਦੇਖਿਆ ਜਾਵੇ, ਤੇ ਕਿਉਂਕਿ ਓਪੋਜੀਸ਼ਨ ਦੀ ਵੀ ਜਗ੍ਹਾ ਹੁੰਦੀ ਆ, ਮੀਡੀਆ ਦੀ ਬਹੁਤ ਵੱਡੀ ਜਗ੍ਹਾ ਹੁੰਦੀ ਆ ਕਿਉਂਕਿ ਲੋਕਾਂ ਦੀ ਆਵਾਜ਼, ਲੇਕਿਨ ਜੇ ਆਸ ਹਟ ਜਾਵੇ, ਮੈਨੂੰ ਇਹਨਾਂ ਤੇ ਆਸ ਨਹੀਂ ਹੈ ਸੱਚੀ ਗੱਲ ਹੈ ਕਿ ਮੈਂ ਤਾਂ ਵੈਸੇ ਇੱਕ ਆਸਮੰਦ ਬੰਦਾ ਹਾਂ ਵੀ ਨਹੀਂ ਯਾਰ ਆਹ ਵੀ ਠੀਕ ਹੋ ਸਕਦਾ, ਆਹ ਵੀ ਠੀਕ ਹੋ ਸਕਦਾ, ਪਰ ਇਹਨਾਂ ਤੋਂ ਕੋਈ ਆਸ ਮੈਨੂੰ ਲੱਗਦੀ ਨਹੀਂ, ਕਿਉਂਕਿ ਜਿਹੋ ਜਿਹੇ ਹਾਲਾਤ ਬਣ ਰਹੇ ਆ, ਜਿਹੋ ਜਿਹੇ ਪੌਣੇ ਇੱਕ ਦੋ ਸਾਲਾਂ ਦੇ ਵਿੱਚ ਸਾਨੂੰ ਬਦਲਾਅ ਦੇਖਣ ਨੂੰ ਮਿਲਿਆ, ਸੋ ਮੈਨੂੰ ਇਹਨਾਂ ਤੋਂ ਆਸ ਕੋਈ। ਠੀਕ ਹੈ ਪ੍ਰਗਟ ਜੀ, ਸਮਾਂ ਦਿੱਤਾ ਤੁਸੀਂ, ਧੰਨਵਾਦ ਆਪਣੇ ਵਿਚਾਰ ਸਾਂਝੇ ਕੀਤੇ, ਧੰਨਵਾਦ।